ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਅੱਜ ਅਸੀਂ ਅਧਿਆਏ 9 ਅੰਕੜਾ ਵਿਗਿਆਨ ਵਿੱਚ ਅੰਕੜਿਆਂ ਨੂੰ ਛੜ ਗ੍ਰਾਫ ਰਾਹੀਂ ਦਰਸਾਉਣਾ ਸਿੱਖਾਂਗੇ ਤੇ ਆਓ ਸ਼ੁਰੂ ਕਰੀਏ ਪਿਆਰੇ ਬੱਚਿਓ ਇਹ ਹੈ ਹਰਮਨ ਹਰਮਨ ਚੌਥੀ ਜਮਾਤ ਵਿੱਚ ਪੜਦਾ ਹੈ ਤੇ ਅੱਜ ਹਰਮਨ ਦਾ ਰਿਜ਼ਲਟ ਹੈ ਆਓ ਦੇਖੀਏ ਹਰਮਨ ਨੇ ਕਿੰਨੇ ਅੰਕ ਪ੍ਰਾਪਤ ਕੀਤੇ ਹਨ ਬੱਚਿਓ ਇਹ ਹਰਮਨ ਦਾ ਰਿਪੋਰਟ ਕਾਰਡ ਹੈ ਤੇ ਆਓ ਦੇਖੀਏ ਹਰਮਨ ਨੂੰ ਕਿੰਨੇ ਅੰਕ ਪ੍ਰਾਪਤ ਹੋਏ ਹਨ ਗਣਿਤ ਵਿੱਚੋਂ ਉਸ ਨੂੰ 40 ਵਿੱਚੋਂ 45 ਪੰਜਾਬੀ ਵਿੱਚੋਂ 50 ਵਿੱਚੋਂ 40 ਅੰਕ ਅੰਗਰੇਜ਼ੀ ਵਿਸ਼ੇ ਵਿੱਚੋਂ 50 ਵਿੱਚੋਂ 30 ਅੰਕ ਹਿੰਦੀ ਵਿਸ਼ੇ ਵਿੱਚੋਂ 50 ਵਿੱਚੋਂ 35 ਅੰਕ ਵਾਤਾਵਰਣ ਵਿੱਚੋਂ ਉਸ ਨੂੰ 50 ਵਿੱਚੋਂ 45 ਅੰਕ ਪ੍ਰਾਪਤ ਹੋਏ ਹਨ ਤੇ ਆਓ ਬੱਚਿਓ ਹੁਣ ਅਸੀਂ ਹਰਮਨਤ ਦੁਆਰਾ ਪ੍ਰਾਪਤ ਕੀਤੀ ਗਏ ਅੰਕਾਂ ਨੂੰ ਛੜ ਗ੍ਰਾਫ ਰੇਂਦਰ ਸੌਂਦੇ ਹਾਂ ਬੱਚਿਓ ਛੜ ਗ੍ਰਾਫ ਉਹ ਗ੍ਰਾਫ ਹੈ ਜਿਸ ਤਾਈਂ ਦਿੱਤੇ ਗਏ ਅੰਕੜਿਆਂ ਨੂੰ ਖੜਵੇ ਜਾਂ ਸਿੱਧੇ ਆਇਤਕਾਰ ਛੜ ਰੂਪ ਵਿੱਚ ਦਰਸਾਇਆ ਜਾਂਦਾ ਹੈ ਛੜ ਗ੍ਰਾਫ ਵਿੱਚ ਆਇਤਕਾਰ ਛੜ ਦੀ ਲੰਬਾਈ ਦਿੱਤੇ ਗਏ ਅੰਕੜਿਆਂ ਉੱਪਰ ਨਿਰਭਰ ਕਰਦੀ ਹੈ ਅਸੀਂ ਚਿੱਤਰ ਗ੍ਰਾਫ ਵਿੱਚ ਵਕ ਵਕ ਚਿੱਤਰਾਂ ਦੀ ਵਰਤੋਂ ਕੀਤੀ ਸੀ ਪਰ ਛੜ ਗ੍ਰਾਫ ਵਿੱਚ ਬਿટા ਚਿੱਤਰਾਂ ਦੀ ਜਗ੍ਹਾ ਤੇ ਆਇਤਾਕਾਰ ਛੜਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਰ ਮੰਤ ਵਰਨਾ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਛੜ ਗ੍ਰਾਫ ਤੇ ਦਰਸਾਉਣ ਲਈ ਬਿટા ਦੇਖੋ ਮੈਂ ਲੇਟਵੀਂ ਰੂਪ ਵਿੱਚ ਵਿਸ਼ਿਆਂ ਦੇ ਨਾਮ ਲਿਖੇ ਹਨ ਜਿਵੇਂ ਗਣਿਤ ਪੰਜਾਬੀ ਅੰਗਰੇਜ਼ੀ ਇੰਦੀ ਅਤੇ ਵਾਤਾਵਰਣ ਅਤੇ ਖੜਵੇਂ ਰੂਪ ਵਿੱਚ ਪ੍ਰਾਪਤ ਕੀਤੇ ਅੰਕ ਲਿਖੇ ਹਨ ਬੇਟਾ 0 ਤੋਂ ਸ਼ੁਰੂ ਕਰਕੇ ਮੈਂ 5-5 ਦੇ ਪੈਮਾਨੇ ਨਾਲ ਅੰਕ ਲਿਖੇ ਹਨ ਤੇ ਆਓ ਬੇਟਾ ਹੁਣ ਅਸੀਂ ਹਰਮਨ ਦੁਆਰਾ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਛੜ ਗ੍ਰਾਫ ਤੇ ਦਰਸਾਉਂਦੇ ਹਾਂ ਬੇਟਾ ਹਰਮਨ ਨੇ ਗਣਿਤ ਵਿਸ਼ੇ ਵਿੱਚੋਂ 45 ਅੰਕ ਪ੍ਰਾਪਤ ਕੀਤੇ ਸਨ ਤੇ ਇਸ ਦਾ ਮਤਲਬ ਹੈ ਗਣਿਤ ਵਿਸ਼ੇ ਦੀ ਆਇਤ ਦੀ ਲੰਬਾਈ ਕਿੰਨੀ ਹੋਏਗੀ 0 ਤੋਂ ਸ਼ੁਰੂ ਹੋ ਕੇ ਬੇਟਾ 45 ਤੱਕ ਹੋਏਗੀ ਬੇਟਾ ਦੇਖੋ ਹੁਣ ਅਗਲਾ ਵਿਸ਼ਾ ਹੈ ਪੰਜਾਬੀ ਦਾ ਤੇ ਪੰਜਾਬੀ ਵਿੱਚੋਂ ਹਰਮਨ ਨੇ 40 ਅੰਕ ਪ੍ਰਾਪਤ ਕੀਤੇ ਸਨ ਤੇ ਇਸ ਦਾ ਮਤਲਬ ਹੈ ਪੰਜਾਬੀ ਵਿਸ਼ੇ ਵਾਲੀ ਆਇਤ ਦੀ ਲੰਬਾਈ 0 ਤੋਂ ਸ਼ੁਰੂ ਹੋ ਕੇ 40 ਤੱਕ ਆਏਗੀ ਬੇਟਾ ਦੇਖੋ ਪੰਜਾਬੀ ਵਿਸ਼ੇ ਦੀ ਆਇਤ 0 ਤੋਂ 40 ਤੱਕ ਬਣਾਉਣ ਤੋਂ ਬਾਅਦ ਹੁਣ ਅਗਰਾ ਵਿਸ਼ਾ ਕਿਹੜਾ ਹੈ ਹਾਂਜੀ ਅੰਗਰੇਜ਼ੀ ਦਾ ਤੇ ਅੰਗਰੇਜ਼ੀ ਵਿੱਚੋਂ ਹਰਮਨ ਨੇ 30 ਅੰਕ ਪ੍ਰਾਪਤ ਕੀਤੇ ਸਨ ਇਸ ਦਾ ਮਤਲਬ ਹੈ ਅੰਗਰੇਜ਼ੀ ਵਿਸ਼ੇ ਦੀ ਆਇਤ ਦੀ ਲੰਬਾਈ 0 ਤੋਂ 30 ਤੱਕ ਆਏਗੀ ਬੱਚਿਓ ਦੇਖੋ ਅੰਗਰੇਜ਼ੀ ਵਿਸ਼ੇ ਦੀ ਆਇਤ ਦੀ ਲੰਬਾਈ ਦੀ ਤੱਕ ਬਣਾਉਣ ਤੋਂ ਬਾਅਦ ਅਗਲਾ ਵਿਸ਼ਾ ਕਿਹੜਾ ਹੈ ਹਿੰਦੀ ਦਾ ਤੇ ਹਿੰਦੀ ਵਿੱਚੋਂ ਹਰਮਨ ਨੂੰ 35 ਯੰਗ ਪ੍ਰਾਪਤ ਹੋਏ ਸਨ ਤੇ ਇਸ ਦਾ ਮਤਲਬ ਹੈ ਹਿੰਦੀ ਵਿਸ਼ੇ ਦੀ ਆਇਤੀ ਲੰਬਾਈ 0 ਤੋਂ 35 ਤੱਕ ਆਏਗੀ ਬੇਟਾ ਦੇਖੋ ਹਿੰਦੀ ਵਿਸ਼ੇ ਦੀ ਆਇਤੀ ਲੰਬਾਈ 0 ਤੋਂ 35 ਤੱਕ ਬਣਾਉਣ ਤੋਂ ਬਾਅਦ ਅਗਲਾ ਵਿਸ਼ਾ ਕਿਹੜਾ ਹੈ ਵਾਤਾਵਰਨ ਦਾ ਤੇ ਬੇਟਾ ਵਾਤਾਵਰਨ ਵਿੱਚੋਂ ਹਰਮਨ ਨੇ 45 ਅੰਕ ਪ੍ਰਾਪਤ ਕੀਤੇ ਸਨ ਇਸ ਦਾ ਮਤਲਬ ਹੈ ਵਾਤਾਵਰਨ ਵਿਸ਼ੇ ਦੀ ਆਇਤੀ ਲੰਬਾਈ 0 ਤੋਂ 45 ਤੱਕ ਆਏਗੀ ਬੱਚਿਓ ਵਾਤਾਵਰਨ ਵਿਸ਼ੇ ਦੀ ਆਇਤੀ ਲੰਬਾਈ 0 ਤੋਂ 45 ਤੱਕ ਬਣ ਗਈ ਹੈ ਤੇ ਬੇਟਾ ਦੇਖੋ ਵੱਖ-ਵੱਖ ਵਿਸ਼ਿਆਂ ਦੀ ਆਇਤਾਂ ਦੀ ਲੰਬਾਈ ਪ੍ਰਾਪਤ ਕੀਤੇ ਅੰਕਾਂ ਤੇ ਨਿਰਭਰ ਕਰਦੀ ਹੈ ਜਿਵੇਂ ਕਨਿਤ ਦੀ ਵਿਸ਼ੇ ਦੀ ਲਾਈਨ ਦੀ ਲੰਬਾਈ 45 ਤੱਕ ਪੰਜਾਬੀ ਦੀ 40 ਤੱਕ ਅੰਗਰੇਜ਼ੀ ਦੀ 30 ਤੱਕ ਹਿੰਦੀ ਦੀ 35 ਤੱਕ ਅਤੇ ਵਾਤਾਵਰਣ ਦੀ 45 ਤੱਕ ਹੈ ਹਰਮਨ ਦੁਆਰਾ ਪ੍ਰਾਪਤ ਕੀਤੇ ਵੱਖ-ਵੱਖ ਵਿਸ਼ਿਆਂ ਦੇ ਅੰਕਾਂ ਨੂੰ ਛੜ ਗ੍ਰਾਫ ਤੇ ਦਰਸਾਉਣ ਤੋਂ ਬਾਅਦ ਬੱਚਿਓ ਹੁਣ ਅਸੀਂ ਇਸ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਦੇ ਉੱਤਰ ਲੱਭਦੇ ਹਾਂ पहला प्रश्न है हरमन ने पंजाबी विषय विषयों किने अंक प्राप्त किए सन तो बेटा देखो षड़ग्राफ उपर पंजाबी विषय की आयती लंबाई जीरो तो शुरू होकर चाली तक है तो इसका भाव है हरमन ने पंजाबी विषय विषयों चाली अंक प्राप्त किए हैं दूसरा प्रश्न है किस विषय विषयों हरमन ने सब तो घट अंक प्राप्त किए हैं हां जी बच्चों ए पता ਕਰਨ ਲਈ ਅਸੀਂ ਸ਼ੜਗ੍ਰਾਫ ਦੇ ਵੱਖ-ਵੱਖ ਵਿਸ਼ਿਆਂ ਦੀ ਆਇਤਾਂ ਦੀ ਲੰਬਾਈਆਂ ਦੇਖਦੇ ਹਾਂ ਬੱਚਿਓ ਗਣਿਤ ਵਿਸ਼ੇ ਦੀ ਆਇਤੀ ਲੰਬਾਈ 45 ਤੱਕ ਪੰਜਾਬੀ ਦੀ 40 ਤੱਕ ਅੰਗਰੇਜ਼ੀ ਦੀ 30 ਤੱਕ ਹਿੰਦੀ ਦੀ 35 ਤੱਕ ਅਤੇ ਵਾਤਾਵਰਣ ਦੀ 45 ਤੱਕ ਹੈ ਤੇ ਬੇਟਾ ਫਿਰ ਦੱਸੋ ਕਿਹੜੇ ਵਿਸ਼ੇ ਦੀ ਅੱਜ ਤੀ ਲੰਬਾਈ ਸਭ ਤੋਂ ਘੱਟ ਹੈ ਹਾਂਜੀ ਅੰਗਰੇਜ਼ੀ ਵਿਸ਼ੇ ਦੀ ਤੇ ਇਸ ਦਾ ਮਤਲਬ ਹੈ ਅੰਗਰੇਜ਼ੀ ਵਿਸ਼ੇ ਵਿੱਚੋਂ ਹਰ ਮੰਨੇ ਸਭ ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ ਬੱਚਿਓ ਤੁਸੀਂ ਸ਼ਡਗ੍ਰਾਫ ਬਣਾਉਣਾ ਚੰਗੀ ਤਰ੍ਹਾਂ ਸਿੱਖ ਚੁੱਕੇ ਹੋ ਤੇ ਘਰ ਦੇ ਕੰਮ ਵਿੱਚ ਬੇਟਾ ਤੁਸੀਂ ਇਸੇ ਤਰ੍ਹਾਂ ਹੀ ਅਭਿਆਸ 9.2 ਦੇ ਪਹਿਲੇ ਦੂਸਰੇ ਅਤੇ ਤੀਸਰੇ ਸਵਾਲ ਵਿੱਚ ਦਿੱਤੇ ਗਏ ਅੰਕੜਿਆਂ ਨੂੰ ਸ਼ਡਗ੍ਰਾਫ ਰਾਈਨ ਦਰਸਾਉਣਾ ਹੈ ਧੰਨਵਾਦ ਬੱਚਿਓ